ਓਵਰਸੀਜ਼ ਨੂੰ ਕੋ ਪੈਗਾਮ ਦੇ ਓਵਰਸੀਜ਼ ਨੂੰ ਇਹੀ ਪੈਗਾਮ ਦਿੰਨਾ ਕਿ ਭਰਾਵਾ ਆਵਾਮ ਹੁਣ ਏਡੀ ਪਾਗਲ ਨਹੀਂ ਹੈਗੀ ਤੇਰੀ ਮਿਹਰਬਾਨੀ ਆ ਕੋਈ ਅਕਲਮੰਦੀ ਦੀ ਗੱਲ ਕਰਿਆ ਕਰ ਆਪਣੇ ਇੰਨੇ ਵੀਰ ਭਰਾ ਖਲੋਤੇ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਹੱਕ ਦੇ ਨਾਲ ਤੁਰਨਾ ਚਾਹੀਦਾ ਤੇ ਓਵਰਸੀਜ਼ ਦੇ ਨਾਲ ਨਹੀਂ ਤੁਰਨਾ ਓਵਰਸੀਜ਼ ਕੁਛ ਵੀ ਨਹੀਂ ਓਵਰਸੀਜ਼ ਇੱਕ ਲਫਾ ਹੀ ਆ ਲਫਾ ਦੇ ਨਾਲ ਤੁਰ ਕੇ ਕੀ ਗੱਲ ਆਣਾ ਅਸੀਂ ਕਾਟ ਵੀ ਨਹੀਂ ਬਣਿਆ ਹਾਲੀ ਤਾਈਂ ਬਣਿਆ ਨਹੀਂ ਸੀ ਅਸੀਂ ਕਾਟ ਨਹੀਂ ਬਣਿਆ ਤੁਸੀਂ ਓਵਰਸੀਜ਼ ਨੂੰ ਕਦੀ ਮਿਲੇ ਆ ਨਹੀਂ ਸਰ ਅਸੀਂ ਨਹੀਂ ਕਦੀ ਕੋ ਸਲਾਮ ਦੋ ਕਦੀ ਟੀਵੀ ਤੇ ਦੇਖਿਆ ਹੋਵੇ ਨਹੀਂ ਟੀਵੀ ਤੇ ਦੇਖਿਆ ਜੀ ਕਿੰਨੇ ਕ ਵਾਰੀ ਤਕਰੀਬਨ ਇੰਨਾ ਜ਼ਿਆਦਾ ਨਹੀਂ ਥੋੜਾ ਹੀ ਜਿਹੜਾ ਨਾ ਕਿ ਦੋ ਚਾਰ ਦਫਾ ਦੇਖਿਆ ਹਾਂ ਦੋ ਕਿਦਾਂ ਦਾ ਵਾਹੋ ਦਾੜੀ ਰੱਖੀ ਉਹਨੇ ਔਰ ਵੈਰੀ ਗੁੱਡ ਵੱਡੇ ਵੱਡੇ ਵਾਲ ਨੇ ਉਹਦੇ ਵੈਰੀ ਗੁੱਡ ਹਾਂਜੀ ਹੋਰ ਉਹਦੀ ਕੋਈ ਨਿਸ਼ਾਨੀ ਹਾਫ ਹਾਫ ਬਾਜ਼ੂ ਸ਼ੈਲਡ ਵੈਰੀ ਗੁੱਡ ਉਹੀ ਆ ਅੱਛਾ ਜੀ ਤੁਹਾਨੂੰ ਪਤਾ ਇਸ ਵਕਤ ਕੁਝ ਲੋਕ ਕਹਿ ਰਹੇ ਕਿ ਓਵਰਸੀਜ਼ ਨੂੰ ਵੋਟ ਪਾਉਣਾ ਚਾਹੀਦਾ ਕੁਝ ਲੋਕ ਕਹਿ ਰਹੇ ਨਹੀਂ ਪਾਉਣਾ ਚਾਹੀਦਾ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਓਵਰਸੀਜ਼ ਨੂੰ ਕੀ ਕਰਨਾ ਚਾਹੀਦਾ ਵਾ ਓਵਰਸੀਜ਼ ਨੂੰ ਵੋਟ ਨਹੀਂ ਪਾਉਣਾ ਚਾਹੀਦਾ ਜੀ ਉਹਦੀ ਕੀ ਵਜ੍ਹਾ ਵਾ ਦੀ ਵਜ੍ਹਾ ਇਹੋ ਹੀ ਆ ਵੀ ਅੱਗੇ ਉਹ ਪਾਗਲ ਦਾ ਪੁੱਤਰ ਇੱਥੇ ਸੇਵ ਲਾਉਂਦਾ ਸੀ ਹੁਣ ਕਹਿੰਦੇ ਵੋਟ ਉਹਨੂੰ ਪਾਓ सस्ता कर दिया जा रहा ਕਿ ਓਵਰਸੀਜ਼ ਜਿਹੜੇ ਆ ਉਹਨਾਂ ਨੂੰ ਵੋਟ ਦਾ ਹੱਕ ਹੋਣਾ ਚਾਹੀਦਾ ਕੁਝ ਲੋਕ ਕਹਿ ਰਹੇ ਕਿ ਉਹਨਾਂ ਨੂੰ ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ ਤੁਹਾਡਾ ਇਸ ਬਾਰੇ ਕੀ ਖਿਆਲ ਆ ਉਹ ਕੀ ਚੀਜ਼ ਓਵਰਸੀਜ਼ ਅੱਛਾ ਉਹ ਤੁਸੀਂ ਇੰਗਲਿਸ਼ ਦੇ ਮਾਸਟਰ ਦੀ ਗੱਲ ਕਰ ਰਹੇ ਹੋ ਸਮਝ ਗਿਆ ਮੈਂ ਤੁਹਾਡੀ ਵੋਟ ਹੁਣ ਵੋਟ ਦਾ ਕੀ ਕਰਨਾ ਵੋਟ ਪਾਉਣਾ ਚਾਹੀਦਾ ਓਵਰਸੀਜ਼ ਨੂੰ ਕਿ ਨਹੀਂ ਉਹਨੇ ਕਦੀ 10 ਰੁਪਏ ਚੀਜ਼ ਤੇ ਨਹੀਂ ਪਾਏ ਜੇ ਮੰਗ ਲਈਏ ਵੋਟ ਉਹਨੇ ਕੀ ਪਾਉਣਾ ਯਾਰ